असलम नाजरीन मैं मैं सरदार कमाल देख रहे हो सरदार कमाल ऑफिशियल चैनल अज जिस फनकार मुलाकात करवा जा रहा है ए पाकिस्तान बहुत थोड़े दिन पहले स्टार्ट शुरू किया अच्छा पाकिस्तान और इंडिया की स्क्रीन पर नज़र आ रहे हैं और थोड़ी मुलाकात करवाने जनाब नासर चिन्होटी साहब न ਅਸਲਾਮੁਆਲਿਕਾ ਨਾਸਰ ਸਾਹਿਬ ਵਾਲੇਕੁਮ ਸਲਾਮ ਹਾਜੀ ਸਾਹਿਬ ਬੜੀ ਮੁਹੱਬਤ ਸ਼ੁਕਰੀਆ ਜੀ ਤੁਹਾਡੀ ਮੁਹੱਬਤ ਮੈਂ ਤੁਹਾਨੂੰ ਬੇਟਾ ਮਾ ਜਾ ਕੇ ਤੰਗ ਕੀਤਾ ਨਹੀਂ ਤਾਂ ਤੁਹਾਨੂੰ ਪਤਾ ਹਾਜੀ ਸਾਹਿਬ ਨੇ ਟਾਈਮ ਮਿਲਾਉਂਦੇ ਤੁਹਾਨੂੰ ਦਾ ਟਾਈਮ ਹੈ ਜਿਸ ਤਰ੍ਹਾਂ ਅਸੀਂ ਘਰ ਪਹੁੰਚੇ ਹਾਂ ਹਾਂ ਔਰ ਜਿਸ ਤਰ੍ਹਾਂ ਤੁਸੀਂ ਕਾਰ ਲ ਬਣੀ ਤੁਸੀਂ ਸੱਚੀ ਨਹੀਂ ਬਣੀ ਨਹੀਂ ਟੈਨਸ਼ਨ ਮੈਂ ਤਿੰਨ ਕੋਰੀ ਅੱਗੇ ਲੰਘੇ ਫਿਰ ਮੈਂ ਮੁੜ ਕੇ ਆਇਆ ਮੈਂ ਤੇ ਫਿਰਤੀਸਰੀ ਵਾਰੀ ਮੈਨੂੰ ਤੁਹਾਡੀ ਆਪਣਾ ਗਲੀ ਨਜ਼ਰ ਆਈ ਫਿਰ ਮੈਂ 15 ਆਵਾ ਤੁਸੀਂ ਤਿੰਨ ਵਾਰੀ ਅੱਗੇ ਲੰਘ ਗਏ ਨਾ ਜਦੋਂ ਮੇਰਾ ਘਰ ਇੱਥੇ ਮੈਂ ਪੰਜ ਵਾਰੀ ਅੱਗੇ ਲੰਘ ਗਿਆ ਮੈਂ ਵੀ ਮੁੜ ਕੇ ਆਇਆ ਅਜੀ ਔਰ ਇਸ ਦੁੰਦ ਵਿੱਚ ਤੁਸੀਂ ਸਾਨੂੰ ਅੰਦਾਜ਼ ਦੁੰਦ ਟਾਈਮ ਦਿੱਤਾ ਜੀ ਥੈਂਕ ਯੂ ਨਾਸਰ ਸਾਹਿਬ ਮਾਸ਼ਾਅੱਲਾ ਪੁੱਛਣਾ ਚਾਹਵਾਂਗੇ ਤੁਸੀਂ ਪਾਕਿਸਤਾਨ ਫਿਲਮ ਡਾਇਰੈਕਟਰ ਵੀ ਕੰਮ ਕੀਤਾ ਐਜ਼ ਹੀਰੋ ਵੀ ਕੰਮ ਕੀਤਾ ਤੁਸੀਂ ਐਜ਼ ਕਮੇਡੀਅਨ ਵੀ ਕੰਮ ਕੀਤਾ ਫਿਰ ਤੁਸੀਂ ਹਿੰਦੁਸਤਾਨ ਚਲੇ ਗਏ ਚੱਲ ਮੇਰਾ ਪੁੱਤ ਤੇ ਮਾਸ਼ਾਅੱਲਾ ਪੁੱਤ ਚੱਲ ਪਿਆ ਹਾਂ ਜੀ ਜੀ ਤੇ ਪੁੱਤਰੇ ਕੀ ਮਹਿਸੂਸ ਕੀਤਾ ਹੈ ਕਿ ਇੱਥੋਂ ਦੇ ਕੰਮ ਚ ਉੱਥੋਂ ਦੇ ਕੰਮ ਚ ਕਿੰਨਾ ਫਰਕ ਹੈ ਸਰਦਾਰ ਸਾਹਿਬ ਕੰਮ ਦੇ ਵਿੱਚ ਫਰਕ ਨਹੀਂ ਹੁੰਦਾ ਇੱਥੇ ਵੀ ਬੜੇ ਲਾਇਕ ਲੋਕ ਨੇ ਉੱਥੇ ਵੀ ਬੜੇ ਲਾਇਕ ਲੋਕ ਨੇ ਸਹੀ ਗੱਲ ਇਹ ਹੈ ਕਿ ਤੁਸੀਂ ਕੰਮ ਕਰ ਰਹੇ ਹੋ ਨਾ ਹਾਂ ਉਹ ਕਰ ਕਿਸ ਨੀਤ ਨਾਲ ਰਿਹਾ ਉਹ ਗੱਲ ਨੀਤ ਤੇ ਆ ਜਾਂਦੀ ਅੱਛਾ ਜੀ ਮੈਂ ਕਾਫੀ ਅਸੀਂ ਇੱਥੇ ਕੰਮ ਕੀਤਾ ਹੈ ਬਹੁਤ ਸਾਰੇ ਲੋਕ ਐਸੇ ਨੇ ਲੇਕਿਨ ਉਹਨਾਂ ਦੀ ਜਿਹੜੀ ਫਿਲਮ ਇੰਡਸਟਰੀ ਹੈਗੀ ਨਾ ਉਸ ਇੰਡਸਟਰੀ ਵਿੱਚ ਇੱਕ ਬੜੀ ਮੈਨਡਟ ਚੀਜ਼ ਦੇਖੀ ਗਈ ਨਾ ਕਿ ਉਹਨਾਂ ਦਾ ਕੋਈ ਵੀ ਵਰਕਰ ਯਾਨੀ ਪ੍ਰੋਡਕਸ਼ਨ ਵਾਲਾ ਕੈਮਰਾਮੈਨ ਲਾਈਟਮੈਨ ਜਿੰਨੇ ਵੀ ਲੋਕ ਉਹਨਾਂ ਨਾਲ ਅਟੈਚ ਨੇ ਨਾ ਉਹ ਜਿਹੇ ਸੰਬੰਧ ਨੇ ਉਹ ਵੇਖੀਦਾ ਸਰਦਾਰ ਸਾਹਿਬ ਤੇ ਉਹ ਲੱਗਦਾ ਕਿ ਖਬਰ ਫਿਲਮ ਦਾ ਮਾਲਕ ਹੀ ਹੋਏਗਾ ਪ੍ਰੋਡੂਸਰ ਹੀ ਹੋਏਗਾ ਵਾਹ ਯਾਨੀ ਕਿ ਉਹ ਐਡਾ ਮਸ਼ਹੂਰ ਹੋ ਕੇ ਐਡੀ ਨੀਤ ਨਾਲ ਕੰਮ ਕਰ ਰਹੇ ਹੁੰਦੇ ਨਾ ਜਦੋਂ ਤੁਹਾਨੂੰ ਬੜਾ ਮਜ਼ਾ ਆਉਂਦਾ ਹੈ ਅੱਛਾ ਜੀ ਹਾਂ ਇਹ ਨਹੀਂ ਹੋ ਸਕਦਾ ਕਿ ਮਤਲਬ ਕਿ ਕੋਈ ਬੰਦਾ ਜਿਹਦੀ ਡਿਊਟੀ ਹੈ ਉਹ ਡਿਊਟੀ ਸਹੀ ਨਹੀਂ ਕਰ ਰਿਹਾਗਾ ਸਾਰੇ ਮਤਲਬ ਕਿ ਜ਼ੋਰ ਲਾ ਕੇ ਕੰਮ ਕਰ ਰਹੇ ਨੇ ਤੁਸੀਂ ਇਹ ਫਰਕ ਪਾ ਕੇ ਨੀਅਤ ਦਾ ਫਰਕ ਕਿ ਜੀ ਜੀ ਇੱਥੇ ਮਤਲਬ ਜਿਸ ਬੰਦੇ ਦੇ ਜ਼ਿੰਮੇ ਤੁਸੀਂ ਜਿਹੜਾ ਕੰਮ ਲਾਣਾ ਹੈ ਨਾ ਅਗਰ ਸਾਡੀ ਇੰਡਸਟਰੀ ਦੇ ਵਿੱਚ ਅਗਰ ਉਹ ਬੰਦਾ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੁੰਦਾ ਨਾ ਤੇ ਇੰਡਸਟਰੀ ਦਾ ਹਾਲ ਹੀ ਨਾ ਹੁੰਦਾ ਕਦੀ ਹੋ ਹੀ ਨਹੀਂ ਸਕਦਾ ਅੱਛਾ ਨਹੀਂ ਮੈਂ ਪੇਮੈਂਟ ਵਾਈਜ਼ ਵੀ ਪੁੱਛਣਾ ਚਾਹਾਂਗਾ اخلاق ਵਾਈਜ਼ ਪੁੱਛਣਾ ਚਾਹਾਂਗਾ ਪ੍ਰੋਡਕਸ਼ਨ ਵਾਈਜ਼ ਪੁੱਛਣਾ ਚਾਹਾਂਗਾ કે ਸਾડે પાકિસ્તાન ચવી ફિલ્મ બની ઓર કામયાબ ફિલ્મ હોઈયા ને અસ સાડી ઇન્ડસ્ટ્રી અસલે જવાલ પઝીર એ ફિલ્મ નઈ બર રહી હર એક કો हालात ऐसे ઓ તો કોરોના સારા દુનિયા ડિસ્ટર્બ હોઈ હે તો કો તવાડી ચલ મેરા પુત વન પાર્ટ આયા हां जी, जी के के तो ਸਾਡਾ ਤਿਆਰ ਪਿਆਗਾ हां जी ਬੜੀ شدت ਨਾਲ ਪਾਕਿਸਤਾਨ ਚ ਲੋਕਾਂ ਦਾ ਇੰਤਜ਼ਾਰ ਸੀ ਕਿ ਫਿਲਮ ਰਿਲੀਜ਼ ਹੋਏਗੀ ਔਰ ਬੜੇ ਅਰਸਾ ਬਾਅਦ ਇਤਨੀ ਆਡੀਅנס ਔਰ ਇਤਨੇ ਲੋਕ ਸਨਮਾ ਸਾਏ ਔਰ ਸਨਮੇ ਵਾਲੇ ਨੇ ਹੱਥ ਬਨ ਕੇ ਕਿਹਾ ਕਿ ਉਹ ਫਿਲਮ ਨਹੀਂ ਰਿਲੀਜ਼ ਹੋਰੀ ਖੁਦਾ ਦਾ ਵਾਸਤਾ ਚਲੇ ਜਾਓ ਬਸ ਇਹ ਗੱਲ ਹੈ ਨਾ ਦੇਖੋ ਤੁਹਾਡੀ ਚੀਜ਼ ਹੈਗੀ ਤੁਹਾਡਾ ਜਦੋਂ ਤੁਹਾਨੂੰ ਪਤਾ ਹੈਗਾ ਕਿ ਤੁਹਾਡੇ ਨਹੀਂ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਵਿੱਚ ਚੱਲ ਮੇਰੇ ਪੁੱਤ ਚ ਕਿਹੜੀ ਐਸੀ ਗੱਲ ਸੀ ਕਿ ਆਡੀਅנס ਸਨਮੇ ਥੱਕਾਈ ਇਹਦੇ ਵਿੱਚ ਇੰਡੀਅਨ ਆਰਟਿਸਟਾਂ ਦੀ ਗੱਲ ਸੀ ਜਾਂ ਤੁਹਾਡਾ ਕ੍ਰੈਡਿਟ ਸੀ ਨਹੀਂ ਦੇਖੋ ਮੇਰੀ ਗੱਲ ਸੁਣੋ ਉਹ ਤੇ ਸਰਦਾਰ ਸਾਹਿਬ ਕ੍ਰੈਡਿਟ ਤੁਹਾਨੂੰ ਤੁਹਾਨੂੰ ਦਿੰਦੇ ਹੀ ਨੇ ਲੇਕਿਨ ਗੱਲ ਇਹ ਹੈ ਕਿ ਤਾੜੀ ਦੋਥਾਂ ਨੇ ਵਜਦੀ ਹੈ ਅਸੀਂ ਵੀ ਕੰਮ ਕੀਤਾ ਉਹਨਾਂ ਨੇ ਵੀ ਕੰਮ ਕੀਤਾ ਹੈ ਜੀ ਚੱਲ ਮੇਰੇ ਪੁੱਤ ਜਿਹੜੀ ਗੱਲ ਨਾ ਸਰਦਾਰ ਸਾਹਿਬ ਉਹ ਸਭ ਤੋਂ ਮੇਨ ਬਾਤ ਐ ਸੀ ਕਿ ਉਹ ਦੋ ਪੰਜਾਬ ਦੀ ਗੱਲ ਸੀ ਯਾਨੀ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਜਿਹੜੀ ਇਹਨਾਂ ਦੀ ਵਾਪਸ ਮੁਹੱਬਤ ਹੈ ਉਹ ਦਿਖਾਈ ਗਈ ਹੈ ਯਾਨੀ ਕਿ ਦੇਖਣ ਵਾਲੇ ਇਹ ਚਾਰੇ ਸਨ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੇ ਫਨਕਾਰ ਕੇ ਇਧਰ ਉਹ ਸਾਡੇ ਪਹਿਲਵਾਨ ਨੇ ਉਧਰ ਉਹਨਾਂ ਦੇ ਪਹਿਲਵਾਨ ਨੇ ਇਹ ਦੋਵੇਂ ਇਕੱਠੇ ਹੋਏ ਨੇ ਇਹ ਹੁਣ ਵੇਖਨੇ ਕਿ ਇਹ ਕਰਦੇ ਕੀ ਨੇ ਇਹ ਗੱਲ ਸੀ ਅਫਸੋਸ ਕਿ ਸਾਡੇ ਪਾਕਿਸਤਾਨ ਦੇ ਲੋਕ ਨਹੀਂ ਵੇਖ ਸਕੇ ਸਨਮਾ ਚ ਲੇਕਿਨ ਉਹ ਦੇਖੀਗੇ ਦੇਖੀ ਗਈ ਫਿਲਮ ਸਾਰੇ ਲੋਕਾਂ ਨੇ ਦੇਖੀ ਰਹੀ ਲੇਕਿਨ ਤੁਹਾਡੀ ਸਕਰੀਨ ਤੇ ਤੁਹਾਡੇ ਮੈਨੂੰ ਇਸ ਗੱਲ ਦਾ ਜ਼ਿਆਦਾ ਸੀ ਕਿ ਮੈਂ ਕਹਿੰਦਾ ਵੀ ਆਂ ਕਿ ਮੈਂ ਰਿਕਵੈਸਟ ਵੀ ਕਰਨਾ ਆਪਣੀ ਗਵਰਨਮੈਂਟ ਨੂੰ ਕਿ ਜਿਸ ਤਰ੍ਹਾਂ ਇਹਨਾਂ ਨੇ ਲਾਂਗਾ ਖੋਲਿਆ ਹੈ ਹੂੰ ਬੜੀ ਗੱਲ ਹੈਗੀ ਆ ਸਾਰੇ ਦੁਆਵਾਂ ਦਿੰਦੇ ਬਾਦ ਜਿਹੜੇ ਸਰਦਾਰਪੁਰ ਸਰਦਾਰ ਸਾਹਿਬ ਜਿਹੜਾ ਖੋਲੇ ਜਿੰਨੇ ਸਰਦਾਰ ਸਾਡੇ ਪ੍ਰਾਪ ਮਿਲਦੇ ਨੇ ਉਹ 임ਰਾਨ ਖਾਨ ਸਾਹਿਬ ਨੂੰ ਬੜੀਆਂ ਦੁਆਵਾਂ ਦਿੰਦੇ ਨੇ ਇਸ ਚੀਜ਼ ਦਾ ਤੇ ਮੈਂ ਇਹ ਕਹਿੰਦਾ ਕਿ ਇਸੇ ਤਰ੍ਹਾਂ ਪੰਜਾਬੀ ਫਿਲਮ ਵੀ ਖੋਲ੍ਹ ਦੇਣੀ ਚਾਹੀਦੀ ਹੈ ਸਹੀ ਠੀਕ ਹੈ ਕਿਉਂਕਿ ਇਸ ਅਗਰ ਪੰਜਾਬੀ ਫਿਲਮ ਅਸੀਂ ਖੋਲ੍ਹ ਦੀ ਨਾ ਤਾਂ ਇਹ ਸਾਡੀ ਇੰਡਸਟਰੀ ਨੂੰ ਫਾਇਦਾ ਹੈਗਾ ਜਦੋਂ ਤੁਹਾਡੇ ਫਨਕਾਰਾਂ ਦੇ ਕੋਲੋਂ ਉਹ ਫਾਇਦਾ ਲੈ ਰਹੇ ਨੇ ਤੇ ਅਸੀਂ ਉਹਨਾਂ ਦੇ ਫਨਕਾਰਾਂ ਕੋਲ ਫਾਇਦਾ ਨਹੀਂ ਲੈ ਸਕਦੇ ਨਹੀਂ ਤੁਸੀਂ ਮੇਰੀ ਗੱਲ ਸੁਣ ਇੱਥੇ ਸਾਡੇ ਬਹੁਤ ਬਹੁਤ ਅੱਛੇ ਪ੍ਰੋਡਿਊਸਰ ਨੇ ਹਾਜੀ ਸ਼ੇਰਾ ਸਾਹਿਬ ਨੇ ਬਹੁਤ ਸਾਰੇ ਜਮ ਸੀ ਜ਼ਫਰ ਸਾਹਿਬ ਨੇ ਸਜਾਦ ਗੁਲ ਸਾਹਿਬ ਨੇ ਬੜੇ ਵੱਡੇ ਪ੍ਰੋਡਿਊਸਰ ਨੇ ਆਪਣਾ ਐਵਰੀਡੇ ਵਾਲੇ ਨੇ ਸਤੀਸ਼ ਅਨਸਾਹਬ ਠੀਕ ਹੈ ਜੀ ਹੋਰ ਬੜੇ ਪ੍ਰੋਡਿਊਸਰ ਇਥੇ ਨਵੇਂ ਪ੍ਰੋਡਿਊਸਰ ਨੇ ਆਇਆ ਕਿ ਉਹਨਾਂ ਨੂੰ ਕਦੀ ਇਹ ਅਹਿਸਾਸ ਨਹੀਂ ਆਇਆ ਕਿ ਇਥੇ ਦੇ ਥੀਏਟਰ ਦੇ ਫਨਕਾਰ ਕਿਉਂਕਿ ਹਮੇਸ਼ਾ ਜਦੋਂ ਥੀਏਟਰ ਦਾ ਫਨਕਾਰ ਫਿਲਮ 'ਚ ਕੰਮ ਕਰਦਾ ਤੋ ਉਹਨੂੰ ਕਹਿੰਦੇ ਨੇ ਓਏ ਥੀਏਟਰ ਤੋਂ ਆਏ ਨੇ ਜਾਂ ਭਾਂਡ ਨੇ ਠੀਕ ਹੈ ਸਾਨੂੰ ਇਹੋ ਜਿਹੇ ਲੋਕਾਂ ਬਿੱਲੇ ਨੇ ਇਹੋ ਜਿਹੇ ਲੋਕਾਂ ਨੇ ਸਾਨੂੰ ਖਿਤਾਬ ਦਿੱਤੇ ਨੇ ਜਿਨ੍ਹਾਂ ਨੇ ਇਹ ਖਿਤਾਬ ਦਿੱਤੇ ਹਾਲਾਤ ਵੀ ਦੇਖਣਾ ਉਹਨਾਂ ਦਾ ਕੀ ਹੋਇਆ ਪੈਨੇ ਮੈਂ ਅਰਜ਼ ਕਰ ਰਿਹਾ ਕਿ ਹੁਣ ਉਹਨਾਂ ਨੂੰ ਕਦੀ ਇਹ ਅਹਿਸਾਸ ਨਹੀਂ ਆਇਆ ਕਿ ਯਾਰ ਇਹ ਇਹਨਾਂ ਲੋਕਾਂ ਨੂੰ ਲੈ ਕੇ ਵੀ ਫਿਲਮ ਬਣ ਸਕਦੀ ਸੀ ਸੈਦ ਨੂਰ ਸਾਹਿਬ ਨੂੰ ਕਦੀ ਇਹ ਖਿਆਲ ਨਹੀਂ ਆਇਆ ਕਿ ਯਾਰ ਇਹਨਾਂ ਲੋਕਾਂ ਨੂੰ ਲੈ ਕੇ ਅਸੀਂ ਪਾਕਿਸਤਾਨੀ ਫਿਲਮ ਬਣਾ ਸਕਦੇ ਹਾਂ ਤੁਸੀਂ ਕਦੀ ਮਹਿਸੂਸ ਕੀਤਾ ਦੇਖੋ ਮਹਿਸੂਸ ਤੇ ਮਤਲਬ ਕਿ ਇਹਨਾਂ ਨੂੰ ਹੁਣ ਕਰਨਾ ਚਾਹੀਦਾ ਹੈ ਹੂੰ ਉਹਨਾਂ ਇਹਦਾ ਰਿਜ਼ਲਟ ਦੇਖ ਕੇ ਇਹਨਾਂ ਨੂੰ ਕਰਨਾ ਚਾਹੀਦਾ ਨਾ ਮਹਿਸੂਸ ਹੋਏ ਅਗਰ ਇਹਨਾਂ ਇਹ ਰਿਜ਼ਲਟ ਜਿਹੜਾ ਉਹਨਾਂ ਨੇ ਲਿਆ ਹੈ ਇਹ ਰਿਜ਼ਲਟ ਇਹ ਵੀ ਲੈ ਸਕਦੇ ਸੀ ਠੀਕ ਹੈ ਔਰ ਇਸ ਤੋਂ ਪਹਿਲੇ ਵੀ ਸਰਦਾਰ ਸਾਹਿਬ ਅਸੀਂ ਫਿਲਮ ਅਸੀਂ ਇਕੱਠਿਆਂ ਕੀਤੀਗੀ ਸਾਲਾ ਸੁਰਤ ਜਵਾਈ ਉਹਦਾ ਰਿਜ਼ਲਟ ਤਾਂ ਇਹਨਾਂ ਨੂੰ ਨਹੀਂ ਪਤਾ ਹਨ ਬੇਤਰੀ ਉਹ ਅੱਜ ਤੂੰ ਬੰਦਾ ਕਿੰਨੇ ਅਰਸੇ ਪਹਿਲੇ ਦੀ ਫਿਲਮ ਹੈ ਬਹੁਤ ਅੱਛੀ ਫਿਲਮ ਸੀ ਠੀਕ ਹੈ ਯਾਨੀ ਕਿ ਉਹ ਸ਼ਬਦਸਤਾਨ ਫਿਲਮ ਲੱਗੀ ਸੀ ਤੁਹਾਨੂੰ ਯਾਦ ਹੋਏਗਾ ਤੇ ਉਹਦਾ ਕੀ ਰਸ਼ ਸੀ ਜਾਂ ਉਹਦਾ ਹਾਊਸਫੁਲ ਦਾ ਬੋਰਡ ਅਰਸੇ ਬਾਅਦ ਉਹਨਾਂ ਨੂੰ ਹਾਊਸਫੁਲ ਦਾ ਬੋਰਡ ਲੱਭਣਾ ਪਿਆ ਸੀ ਤੇ ਫਿਰ ਲੱਗਾ ਸੀ ਉਦੋਂ ਫਿਲਮ ਤੇ ਵਖੋਨੇ ਬੜੇ ਮਾੜੇ ਹਾਲਾਤ ਨੇ ਸਿਨੇਮਾ ਦੇ ਔਰ ਬੜੇ ਦੁਨੀਆ ਉਹਦੇ ਵਿੱਚ ਬੇਕਾਰ ਹੋਈਏ ਬੇਰੋਜ਼ਗਾਰ ਹੋਈਏ ਸਿਨੇਮਾ ਦਾ ਕੰਮ ਚੱਲਣਾ ਚਾਹੀਦਾ ਹੈ ਅੱਛਾ ਜੀ ਅਗਰ ਤੁਹਾਨੂੰ ਕੋ ਪਾਕਿਸਤਾਨ ਦਾ ਪ੍ਰੋਡਿਊਸਰ ਅਗਰ ਹਾਇਰ ਕਰਦਾ ਹੈ ਹੁਣ ਮੌਜੂਦਾ ਟਾਈਮ ਜੀ ਜਦੋਂ ਕਿ ਤੁਸੀਂ ਹਿੰਦੁਸਤਾਨ ਦੀ ਫਿਲਮ ਕਰ ਰਹੇ ਹੋ ਪੰਜਾਬ ਦੇ ਚੜ੍ਹਦੇ ਪੰਜਾਬ ਦੀ ਫਿਲਮ ਕਰ ਰਹੇ ਹੋ ਐਨ ਤੁਸੀਂ ਦੂਸਰੀ ਫਿਲਮ ਵੀ ਕਰ ਰਹੇ ਜੀ ਮੈਂ ਆਪਣਾ ਚਲ ਮੇਰੇ ਪੁੱਤ ਪਾਰਟ 2 ਸਾਡੇ ਤਿਆਰ ਪਈਏ ਔਰ ਮੈਂ ਤੀਸਰੀ ਫਿਲਮ ਦੀ ਸ਼ੂਟ ਕਰਕੇ ਆਇਆ ਗੋਲਕ ਬੁਗਨੀ ਬੈਂਕ ਤੇ ਬਟਵਾ ਵਾਹ ਇਹ ਸੈਕੰਡ ਪਾਰਟ ਹੈਗਾ ਅੱਛਾ ਜੀ ਪਹਿਲੇ ਬਣੀ ਹੋਈ ਹੈ ਇਹ ਅਦਾਰਾ ਮਹਿੰਦਰ ਗਿੱਲ ਸਾਹਿਬ ਦਾ ਹੀ ਹੈ ਜੀ ਇਹ ਆਪਣਾ ਕਾਰਜ ਭਾਜੀ ਨੇ ਮਹਿੰਦਰ ਗਿੱਲ ਇਹ ਪੂਰੀ ਟੀਮ ਹੀ ਉਹਨਾਂ ਦੀ ਇਹ ਰਿਦਮ ਬੋਏ ਇਹ ਆਧਾਰ ਹੈ ਉਹਨਾਂ ਦਾ ਇਹ ਆਧਾਰ ਹੈ ਉਹਨਾਂ ਦਾ ਇਹ ਵੀ ਉਹਨਾਂ ਦੀ ਪਿਕਚਰ ਹੈ ਇਹ ਵੀ ਫਿਕਚਰ ਉਹਨਾਂ ਦੀ ਹੈਗੀ ਤੇ ਇਹ ਸੁਬਾ ਜਾ ਚੱਲ ਮੇਰਾ ਪੁੱਤ ਪਾਰਟ 3 ਕਰ ਰਹੇ ਆ ਉਹ ਵੀ ਉਹਨਾਂ ਦੀ ਪਿਕਚਰ ਹੈ ਉਹ ਉਸ ਬਾਦੇ ਐਮੀ ਵੀਰ ਕਬਈ ਦੀ ਮਹਿਫਿਲ ਕਰ ਰਿਹਾਗਾ ਨਹੀਂ ਤੁਸੀਂ ਰਿਦਮ ਬੁਆਏ ਜਿਹੜਾ ਅਦਾਰਾ ਤੁਸੀਂ ਉਹਦੇ ਨਾਲ ਐਗਰੀਮੈਂਟ ਚੋਂ ਤੁਸੀਂ ਕਿਸੇ ਹੋਰ ਦੀ ਫਿਲਮ ਨਹੀਂ ਕਰੋਗੇ ਰਿਦਮ ਬੁਆਏ ਦੀ ਕਰੋਗੇ ਨਹੀਂ 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 ਇਹ ਕੋਈ ਐਸੀ ਗੱਲ ਨਹੀਂ ਕੀ ਉਹਨਾਂ ਨਾਲ ਉਹ ਬੜ ਪਿਆਰ ਵਾਲੇ ਲੋਕ ਨੇ ਉਹ ਉਹਨਾਂ ਦਾ ਸਿਸਟਮ ਹੀ ਨਹੀਂਗਾ ਉਹ ਸਭ ਕਹਿੰਦੇ ਜਿੱਦਾਂ ਮਰਜ਼ੀ ਕੰਮ ਕਰੋ ਠੀਕ ਹੈ ਠੀਕ ਹੈ ਸਾਡਾ ਵੀ ਕਰਦੇ ਰਹੋ ਜਿੱਦਾਂ ਮਰਜ਼ੀ ਕੰਮ ਕਰੋ ਉਹਨਾਂ ਨਾਲ ਉਹਨਾਂ 'ਚ ਗੱਲ ਹੀ ਕੋਈ ਨਹੀਂ ਹੈ ਵੈਰੀ ਗੁੱਡ ਅੱਛੀ ਗੱਲ ਹੈ ਇਹ ਉਹਨਾਂ 'ਚ ਬੜੀ ਵੱਡੀ ਗੱਲ ਹੈ ਅੱਛਾ ਤੇ ਹੁਣ ਤੁਹਾਨੂੰ ਕੋ ਪ੍ਰੋਡੂਸਰ ਅਗਰ ਰਾਬਤਾ ਕਰਦਾ ਹੈ ਪਾਕਿਸਤਾਨ ਦਾ ਹਾਂਜੀ ਹੁਣ ਤੁਸੀਂ ਜੋ ਪੈਸੇ ਉਸ ਤੇ ਕੀ خیال ਹੈ ਕਿ ਇੱਥੇ ਤੁਸੀਂ ਕੀ ਕੰਪਰੋਮਾਈਜ਼ ਕਰੋਗੇ ਕੰਪਰੋਮਾਈਜ਼ ਦੇਖੋ ਇੰਡਸਟਰੀ ਲਈ ਤੁਸੀਂ ਕੰਪਰੋਮਾਈਜ਼ ਤੇ ਕਰਨਾ ਹੀ ਕਰਨਾ ਸਰਦਾਰ ਸਾਹਿਬ ਲੇਕਿਨ ਗੱਲ ਇਹ ਹੈ ਕਿ ਹੁਣ ਸਾਡੇ ਮਤਲਬ ਸਾਡੇ ਕੋਲ ਜਦੋਂ ਪ੍ਰੋਡੂਸਰ ਆਂਦੇ ਹਨ ਉਹਦੀ ਸਿਰਫ ਗੱਲਾਂ ਰਹਿ ਜਾਂਦੀਆਂ ਨੇ ਵਾਕਿਆਤ ਰਹਿ ਜਾਂਦੇ ਨੇ ਕਿ ਇਹਨਾਂ ਨੇ ਉਹ ਵੀ ਬਣਾਈ ਸੀ ਉਹ ਵੀ ਬਣਾਈ ਸੀ ਤੇ ਹੁਣ ਤੁਸੀਂ ਜਰਾ ਇਹਨਾਂ ਨਾਲ ਤਾਵਨ ਕਰ ਲਓ ਸਹੀ ਸਾਡੇ ਕੋਲ ਤਾਵਨ ਵਾਲਾ ਹੀ ਬੰਦਾ ਆਂਦਾ ਹੈ پاکستان ਦੇ ਜੀ ਤਾਵਨ ਕਰ ਲਓ ਮੈਂ ਕਹਿੰਦਾ ਮੌਜੂਦਾ ਟਾਈਮ 'ਚ ਅਗਰ ਕੋਈ ਤੁਹਾਡੇ ਕੋ ਆਂਦਾ ਹੈ ਕਹਿੰਦਾ ਅਗਰ ਕੋਈ ਅੱਛਾ ਸਕ੍ਰਿਪਟ ਹੋਏਗਾ ਤੇ ਜੋ ਅਸੀਂ ਮਤਲਬ ਕਿ ਉਹ ਉਹਨਾਂ ਨਾਲ ਤਾਵਨ ਕਰ ਸਕਦੇ ਆ ਤੇ ਉਹ ਅਸੀਂ ਆਪਣੇ ਨਾਲ ਵੀ ਕਰਾਂਗੇ ਕਿਉਂ ਨਹੀਂ ਕਰਾਂਗੇ ਨਹੀਂ ਜਿੰਨੇ ਪੈਸੇ ਤੁਸੀਂ ਲੈ ਜਿੰਨੇ ਮੇਰਾ ਖਿਆਲ ਸਾਡੇ ਪਾਕਿਸਤਾਨ ਦਾ ਸੁਪਰਸਟਾਰ ਹੀਰੋ ਜਿਹੜਾ ਹੈ ਇਹ ਉਹਨੇ ਉਹਨੇ ਮੰਗੇ ਨੇ ਤੇ ਫਿਲਮ ਅੰਦ ਹੋ ਗਈ ਸਰ ਗੱਲ ਇਹ ਹੈ ਕਿ ਮਤਲਬ ਉਹ ਹੀਰੋਨ ਤਾਂ ਫਰਕ ਨਹੀਂ ਪਿਆਣਾ ਹੀਰੋਨ ਤਾਂ ਕੋਈ ਫਰਕ ਨਹੀਂ ਉਹਨਾਂ ਤਾਂ ਦੇਖੋ ਗੱਲ ਅਸਲੀ ਇਹ ਹੈ ਕਿ ਤੁਸੀਂ ਅਗਰ ਮਿਆਰੀ ਕੰਮ ਕਰੋ ਸਰਦਾਰ ਸਾਹਿਬ ਬੰਦਾ ਕੰਪਰੋਮਾਈਜ਼ ਉੱਤੇ ਕਰ ਜਾਂਦਾ ਜਿੱਥੇ ਇਹ ਪਤਾ ਹੋ ਕਿ ਇਹ ਮਿਆਰੀ ਕੰਮ ਆ ਇਹ ਕੰਮ ਜਾਂ ਤੁਹਾਡੇ ਤੇ ਇਹ ਚੀਜ਼ ਹੈਗੀ ਠੀਕ ਹੈ ਤੁਹਾਡੇ ਤੇ ਹੀ ਚੀਜ਼ ਹੈਗੀ ਸਾਡੇ ਤੇ ਕੀ ਹੁੰਦਾ ਹੈ ਸਾਡੇ ਵਿੱਚ ਇਹ ਹੁੰਦਾ ਕਿ ਕਾਮੇਡੀਅਨ ਨੂੰ ਐਜ਼ ਅ ਕਾਮੇਡੀਅਨ ਨਹੀਂ ਲੈਂਦੇ ਨੇ ਕਿ ਇਹਨੇ ਆਸਾਨਾ ਹੀ ਹੈ ਸਹੀ ਠੀਕ ਹੈ ਉਹਦੇ ਸਿਰ ਦੇ ਉੱਤੇ ਕੋਈ ਹੋਰ ਬੰਦਾ ਬਿਠਾ ਦਿੰਦੇ ਨੇ ਹਾਲਕਿ ਕਾਮੇਡੀਅਨ ਪਾਕਿਸਤਾਨ ਦੇ ਕਿੰਨੇ ਕਿੰਨੇ ਸੁਪਰਸਟਾਰ ਹੋਏ ਨੇ ਜਿਨ੍ਹਾਂ ਦੇ ਸਿਰ ਤੇ ਕੱਲੀ ਕੱਲੀ ਫਿਲਮ ਚੱਲੀ ਹੈ ਇਸੇ ਤਰ੍ਹਾਂ ਹੀ ਚੱਲੀ ਹੈ ਮਰਜੀਬ ਸਾਹਿਬ ਨਗੀਲਾ ਸਾਹਿਬ ਦੇਖੋ ਇੱਕ ਲਾਇਨ ਹੈਗੀ ਇਹ ਇਨ੍ਹਾਂ ਕਾਬਲ ਲੋਕਾਂ ਦੀ ਇਹਨੇ ਲੋਕ ਹੋਏ درست ਕਹਿ ਰਹੇ ਤੁਸੀਂ ਅੱਛਾ ਜਦੋਂ ਤੁਸੀਂ ਉਹਨਾਂ ਫਨਕਾਰਾਂ ਨਾਲ ਕੰਮ ਕੀਤਾ ਤੇ ਤੁਹਾਨੂੰ ਕੋਈ ਦਿੱਕਤ ਪੇਸ਼ ਆਈ ਜਾਂ ਉਹਨਾਂ ਨੂੰ ਦਿੱਕਤ ਪੇਸ਼ ਆਈ ਉਹ ਤੁਹਾਨੂੰ ਕਿਸ ਤਰ੍ਹਾਂ ਮੁਹੱਬਤ ਨਾਲ ਵੇਖ ਰਹੇ ਸਨ ਸਰਦਾਰ ਸਾਹਿਬ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਸਾਡੇ ਪਾਕਿਸਤਾਨ ਦੇ ਜਿੰਨੇ ਵੀ ਆਰਟਿਸਟ ਨੇ ਔਰ ਇੰਡੀਅਨ ਵੀ ਜਿੰਨੇ ਵੀ ਮਤਲਬ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਫਨਕਾਰ ਨੇ ਕਾਮੇਡੀਅਨ ਨੇ ਹੀਰੋ ਨੇ ਸਾਰੇ ਬਹੁਤ ਪਿਆਰ ਕਰਦੇ ਨੇ ਸਾਨੂੰ ਅੱਛਾ ਜੀ ਆ ਉਹ ਪਹਿਲੀ ਮੁਲਾਕਾਤ ਤੇ ਪਤਾ ਲੱਗ ਗਿਆ ਸੀ ਕਿ ਕਿੰਨਾ ਪਿਆਰ ਕਰਦੇ ਨੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਫਿਲਮ ਦਾ ਸਕ੍ਰਿਪਟ ਸੀ ਉਹ ਸਕ੍ਰਿਪਟ ਦੀ ਜੇ ਇੱਕ ਸਾਡੀ ਇੱਕ ਦੂਸਰੇ ਦੀ ਮੁਹੱਬਤ ਹੈਗੀ ਫਿਰ ਚੜਦੇ ਪੰਜਾਬ ਉਰ ਲਹਿੰਦੇ ਦੀ ਉਹ ਮੁਹੱਬਤ ਜਿਹੜੇ ਉਹ ਇਕੱਠੀ ਹੋਈ ਨਾ ਉਹ ਮੁਹੱਬਤ ਇਕੱਠੀ ਹੋਈ ਨਾ ਉਸ ਤੋਂ ਬਾਅਦ ਤੇ ਗੱਲਾਂ ਹੀ ਮੁੱਕ ਗਈਆਂ ਉਹ ਫਿਰ ਰਿਸ਼ਤਿਆਂ 'ਚ ਬਦਲ ਗਈਆਂ ਉਹ ਮੁਹੱਬਤਾਂ ਰਿਸ਼ਤਿਆਂ 'ਚ ਬਦਲੀਆਂ ਤੇ ਹੁਣ ਉਹ ਇੰਜ ਹੀ ਹੈਗਾ ਉਹ ਇੱਕ ਫੈਮਿਲੀ ਹੈਗੀ ਸਾਡੀ ਵਾਹ ਇੰਜ ਹੀ ਤਲਕ ਪਿਆਰ ਭਰਾ ਭੈਣ ਭਰਾ ਜਿਵੇਂ ਇਸ ਨੇ ਉਹ ਇੱਕ ਰਿਸ਼ਤੇ ਜੇ ਬਣ ਗਿਆ ਕਿ ਜਦੋਂ ਫਿਲਮ ਮੈਨੂੰ ਯਾਦ ਹੈਗਾ ਜਦੋਂ ਪਹਿਲੀ ਫਿਲਮ ਦੀ ਸ਼ੂਟ ਖਤਮ ਹੋਈ ਤੇ ਇੱਕ ਉਦਾਸੀ ਸੀ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਕਿ ਬਕਰੇ ਵਖੇ ਹੋ ਰਹੇ ਕਿ ਇੱਕ ਵਾਰੀ ਫਿਰ ਪਾਰਟੀਸ਼ਨ ਹੋਣ ਲੱਗੀ ਹਾਂ ਇੰਜ ਦਾ ਲੱਗਾ ਜਿਵੇਂ ਤੇ ਉਸ ਬਾਅਦ ਜਦੋਂ ਸੈਕੰਡ ਫਿਲਮ ਵਿੱਚ ਇਕੱਠੇ ਹੋਇਆ ਤਾਂ ਸੈਕੰਡ ਫਿਲਮ ਦਾ ਵੀ ਇੱਕ ਐਸਾ ਪਾਰਟ ਹੈਗਾ ਜਿਹਦੇ ਚ ਇਹ ਹੈਗਾ ਕਿ ਮਤਲਬ ਅਸੀਂ ਵਖੇ ਵਖੋ ਵਾਕ ਹੋਏ ਤੇ ਅਗੂ ਜਦੋਂ ਲੋਕ ਮਿਲੇ ਨੇ ਹੁਣ ਜਾ ਕੇ ਇੱਕ ਸ਼ੂਟ ਕੀਤਾ ਤਾਂ ਲੋਕ ਮਿਲੇ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਹਾ ਕਿ ਇਹ ਵਾਪਸ ਕਿਵੇਂ ਆਣਗੇ ਵਾਪਸ ਲਿਆਣਾ ਜ ਇਹਨਾਂ ਨੂੰ ਯਾਨੀ ਕਿ ਤੀਸਰੇ ਪਾਰਟ ਦੇ ਵਿੱਚ ਉਹਨਾਂ ਰਾਈਟਰ ਸਾਡੇ ਜਿਹੜੇ ਨੇ ਰਕੇਸ਼ ਭਾਈ ਐਸ ਐ ਜੀ ਉਹ ਲਿਖ ਰਹੇ ਨੇ ਫਿਲਮ ਤੇ ਪੂਰੀ ਟੀਮ ਬਹੁਤ ਪਿਆਰ ਇੱਕ ਦੂਸਰੇ ਨਾਲ ਲਵ ਪੰਜਦਾ ਧਿਆਨ ਬੜਾ ਰੱਖਦੇ ਨੇ ਐਸਾ ਦੱਸਦਾ ਆਰਟਿਸਟ ਦਾ ਸਰਦਾਰ ਸਾਹਿਬ ਧਿਆਨ ਹੀ ਰੱਖਣਾ ਬਿਲਕੁਲ ਸਹੀ ਤੁਸੀਂ ਹੁਣ ਇਸ ਇੰਡੀਆ ਦੀ ਫਿਲਮ ਦੀ ਖਾਤਰ ਤੁਸੀਂ ਆਫਤਬ ਇਕਬਾਲ ਸਾਹਿਬ ਦਾ ਸ਼ੋਅ ਵੀ ਛੱਡਿਆ ਨਹੀਂ ਸ਼ੋਅ ਮਾਨੋ ਦਾ ਛੱਡਿਆ ਨਹੀਂ ਉਹ ਮੇਰੀ ਛੁੱਟੀ ਹੈਗੀ ਐ अच्छा ਤੁਸੀਂ ਲੀਵ ਤੇ ਹੋ ਛੁੱਟੀ ਤੇ ਹੋ ਜੀ ਛੁੱਟੀ ਹੈ ਮੇਰੇ ਨਾਲ ਬੜਾ ਤਾਮਨ ਕਰਦੇ ਨੇ ਨਹੀਂ ਤਾਮਨ ਤੁਹਾਡਾ ਇੰਤਜ਼ਾਰ ਵੀ ਕਰਦੇ ਨੇ ਤਾਮਨ ਵੀ ਕਰਦੇ ਨੇ ਉਹ ਇਨਸ਼ਾ ਅੱਲਾਹ ਹੁਣ ਅਸੀਂ ਇਨਸ਼ਾ ਅੱਲਾਹ ਅਗਰ ਜਨਵਰੀ ਦੇ ਵਿੱਚ ਜੋ ਹਾਲਾਤ ਨੇ ਅਗਰ ਅਸੀਂ ਸ਼ੂਟ ਤੇ ਨਹੀਂ ਜਾ ਸਕਾਂਗੇ ਤੇ ਅਸੀਂ ਜੁਆਇਨ ਕਰਾਂਗੇ ਆਪਣਾ ਤੁਸੀਂ ਸਮਝਦੇ ਇਨਸਾਫ ਹੈ ਕਿ ਤੁਸੀਂ ਹਿੰਦੁਸਤਾਨ ਦੀ ਫਿਲਮ ਕਰਨ ਚੱਲ ਜਾਂਦੇ ਤੇ ਇੱਥੇ ਪਾਕਿਸਤਾਨ ਦੇ ਥੀਏਟਰ ਨੂੰ ਪੰਜਾਬ ਦੇ ਥੀਏਟਰ ਨੂੰ ਤੁਹਾਡੀ ਕਿੱਡੀ ਲੋੜ ਹੈ ਤੁਹਾਡੀ ਕਮੀ ਕਿਤਨੀ ਮਹਿਸੂਸ ਹੁੰਦੀ ਦੇਖੋ ਮੇਰੀ ਗੱਲ ਸੁਣੋ ਨਾ ਤੇ ਸਰਦਾਰ ਸਾਹਿਬ ਲਾਸ ਗੱਲ ਹੈ ਕਿ ਨਾ ਤੁਹਾਡੇ ਮੁਲਕ ਦਾ ਹੋਣਾ ਚਾਹੀਦਾ ਬਿਲਕੁਲ ਸਹੀ ਹੈ ਠੀਕ ਹੈ ਸਟੈਪ ਬਾਈ ਸਟੈਪ ਇਸੀ ਥੀਏਟਰ ਤੇ ਕੰਮ ਕਰਦੇ ਸੀ ਉਸ ਬਾਅਦ ਅਸੀਂ ਟੀਵੀ ਤੇ ਕੰਮ ਕੀਤਾ ਟੀਵੀ ਦੀ ਆਡੀਅੰਸ ਹੋਰ ਹੈਗੀ ਥੀਏਟਰ ਦੀ ਆਡੀਅੰਸ ਹੋਰ ਹੈਗੀ ਫਿਲਮ ਦੀ ਆਡੀਅੰਸ ਹੋਰ ਹੈਗੀ ਬਿਲਕੁਲ ਫਿਲਮ ਦੀ ਜਦੋਂ ਆਡੀਅੰਸ ਤੁਹਾਨੂੰ ਜਦੋਂ ਤੁਹਾਡੀ ਵਰਲਡ ਵਾਈਜ਼ ਫਿਲਮ ਪੂਰੀ ਦੁਨੀਆ ਤੇ ਰਿਲੀਜ਼ ਹੋਈ ਤੇ ਤੁਹਾਨੂੰ ਇਸ ਗੱਲ ਦਾ ਇੱਕ ਸਾਡੇ ਪਾਕਿਸਤਾਨ ਲਈ ਫਖਰੇ ਸਾਡੇ ਲੋਕਾਂ ਲਈ ਫਖਰੇ ਸਾਡੇ ਲਈ ਫਖਰੇ ਕਿ ਸਾਡੇ ਹੀ ਮੁਲਕ ਦੇ ਫਨਕਾਰ ਪੂਰੀ ਦੁਨੀਆ ਦੀ ਸਕਰੀਨ ਤੇ ਇੱਕ ਦਿਨ ਚੱਲ ਰਹੇ ਨੇ ਚੱਲ ਰਹੇ ਨੇ ਬਿਲਕੁਲ ਸਹੀ ਗੱਲ ਹੈ ਪੂਰੇ ਯੂਰਪ ਦੇ ਵਿੱਚ ਯਾ ਯੂਕੇ ਦੇ ਵਿੱਚ ਮੈਂ ਜਾਨੀ ਕਿ ਉਸ ਨੇ ਮੈਂ ਰਿਕਾਰਡ بزਨਸ ਕੀਤਾ ਹੈ ਥੀਟਰ ਨੂੰ ਕਿੱਥੇ ਖਲੋਤਾ ਦੇਖ ਰਹੇ ਤੁਸੀਂ ਐਸੇ ਸਰਦਾਰ ਸਾਹਿਬ ਥੀਟਰ ਨੂੰ ਹਮੇਸ਼ਾ ਮੈਂ ਅੱਛੀ ਜਗ੍ਹਾ ਤੇ ਖਲੋਤਾ ਵੇਖਿਆ ਅੱਛਾ ਜੀ ਉਹ ਇਸ ਲਈ ਕਿ ਥੀਟਰ ਪਾਕਿਸਤਾਨ ਇੰਡਸਟਰੀ ਦੀ ਐਸੀ ਜਗ੍ਹਾ ਹੈਗੀ ਕਿ ਜਿੱਥੇ ਕਿਸੇ ਬੰਦੇ ਨੂੰ ਕੁਝ تفریح ਮਿਲਦੀ ਤੇ ਹੈ ਕੁਝ ਖੁਸ਼ੀਆਂ ਕੁਝ ਹਾਸੇ ਚੇਰੇ ਤੇ ਆਉਂਦੇ ਤਾਂ ਹੈ ਨਾ ਬਿਲਕੁਲ ਸਹੀ ਤੇ ਉਹ ਉਹ ਬੰਦ ਨਹੀਂ ਹੋ ਰਿਹਾ ਉਹ ਬੰਦ ਨਹੀਂ ਹੋਇਆ ਅਜੇ ਤੱਕ ਬਿਲਕੁਲ ਸਹੀ ਹਾਲਾ ਹਰ ਹਾਲਾਤ ਦੇ ਵਿੱਚ ਚੱਲਿਆ ਹੈ ਹਰ ਰਾਤ ਲੋਕੀ ਉੱਥੇ ਆਏ ਨੇ ਸਹੀ ਗੱਲ ਹੈ ਕਿਉਂਕਿ ਇੱਥੇ ਖੁਸ਼ੀਆਂ ਲੋਕੀ ਮਤਲਬ ਕਿਉਂ ਕਹਿੰਦੇ ਕਿ ਮਿਲ ਲ ਜਾਏ ਕਿਸੇ ਦੇ ਨਾਲ ਤੇ ਮੇਰੇ ਸਾਹਮਣੇ ਕਿ ਥੀਏਟਰ ਦਾ ਐਸਾ ਈਦਾਰਾ ਹੈਗਾ ਕਿ ਜਿਹੜਾ ਕਮ ਉਸਕਾ ਖੁਸ਼ੀਆਂ ਤੇ ਵੰਡ ਰਿਹਾ ਨਾ ਯਾਨੀ ਕਿ ਤੁਸੀਂ ਬੁੱਤ ਮੈਨੂੰ ਥੀਏਟਰ ਤੇ ਕਿ ਬਿਹਤਰੀਨ ਜਾ ਰਿਹਾ ਹੈ ਜੀ 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 ਅਲਹਮਦੁਲਿਲਾ ਮੈਂ ਬਹੁਤ ਮਤਮਨ ਜਿਹੜਾ ਨਵਾਂ ਟੈਲੈਂਟ ਆ ਰਿਹਾ ਹੈ ਤੁਸੀਂ ਉਹਨੂੰ ਕੋਈ ਕਹਿਣਾ ਚਾਹੋਗੇ ਕੁਝ ਕੇ ਵੀ ਤੁਸੀਂ ਦੇਖੋ ਨਵਾਂ ਟੈਲੈਂਟ ਜਿੰਨਾ ਵੀ ਆ ਰਿਹਾ ਹੈਗਾ ਮੈਂ ਅਸੀਂ ਵੀ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਗੱਲ ਤੇ ਮਿਹਨਤ ਹੀ ਆਂਦੀ ਸਰਦਾਰ ਸਾ ਹੁਣ ਜਿਵੇਂ ਤੁਸੀਂ ਸਾਡੇ ਨਾਲ ਤਾਅਮਨ ਕੀਤਾ ਸੀ ਅਸੀਂ ਵੀ ਕਰਦੇ ਹਾਂ ਕਿ ਇੱਕ ਟਾਈਮ ਸੀ ਜਦੋਂ ਅਸੀਂ ਆਏ ਸੀ ਤੇ ਤੇ ਸੁਪਰਸਟਾਰ ਤੁਸੀਂ ਅੱਜ ਵੀ ਉਦੋਂ ਵੀ ਸੀ ਤੇ ਉਦੋਂ ਜਿਸ ਤਰ੍ਹਾਂ ਤੁਸੀਂ ਸਾਡੇ ਸਿਰ ਤੇ ਹੱਥ ਰੱਖਿਆ ਸੀ ਮੇਰੀ ਵੀ ਕੋਸ਼ਿਸ਼ ਹੁੰਦੀ ਕਿ ਤੁਹਾਡੀ ਜ਼ਰਨਵਾਜ਼ ਜੋ ਤੁਹਾਡੇ ਕੋਲ ਸਿੱਖਿਆਗਾ ਕਿ ਅੱਗੇ ਕਿਹਾ ਕਰੀਏ ਮੇਰੇ ਭਾਈਓ ਮੇਰੇ ਬੱਚੇ ਉਹ ਤੁਸੀਂ ਮੇਰੇ ਬੇਟਿਆਂ ਵਾਂਗੂ ਐਸਾ ਨਹੀਂ ਮੇਰਾ ਕਹਿੰਦਾ ਮਤਲਬ ਕਿ ਜਿਹੜੇ ਆਰਟਿਸਟ ਆ ਰਹੇ ਨੇ ਮੈਨੂੰ ਕਦੀ ਕਦੀ ਹੁੰਦਾ ਹੈ ਕਿ ਯਾਰ ਮਾਇਰੂਸੀ ਹੋਣਾ ਪਰ ਨਹੀਂ ਯਾਰ ਇਹ ਮੁੰਡੇ ਜਿਹੜੇ ਨੇ ਕੋਈ ਸਿੱਖ ਕੀਤੇ ਵੀ ਤੁਸੀਂ ਤੇ ਬਹੁਤ ਨਹੀਂ ਸਟਰਗਲ ਤੋਂ ਨਿਕਲ ਕੇ ਆਏ ਨਾ ਜੀ ਤੁਸੀਂ ਮਾਸ਼ਾਅੱਲਾ ਸੁਪਰਸਟਾਰ ਮੁਲਤਾਨ ਤੋਂ ਸੁਪਰਸਟਾਰ ਸੋ ਫਿਰ ਮੁਲਤਾਨ ਤੋਂ ਤੁਸੀਂ ਫੈਸਲਾਬਾਦ ਆਏ ਫਿਰ ਲਾਹੌਰ ਆਏ ਠੀਕ ਹੈ ਸਟਰਗਲ ਤੁਹਾਡੀ ਫੈਸਲਾਬਾਦ ਤੋਂ ਸ਼ੁਰੂ ਹੋਈ ਸੀ ਹਾਂਜੀ ਫੈਸਲਾਬਾਦ ਤੋਂ ਪਹਿਲਾਂ ਤੇ ਕਿਉਂਕਿ ਚਨੋੜ ਤੁਹਾਡਾ ਸ਼ਹਿਰ ਹੈ ਹਾਂ ਬੇਸ਼ੱਕ ਇਸ ਲਈ ਕਿ ਚਨੋੜ ਨੂੰ ਤੁਹਾਡੇ ਤੇ ਪਾਕਿਸਤਾਨ ਨੂੰ ਫਖਰ ਹੈ ਚਨੋੜ ਨੂੰ ਕੋਈ ਨਹੀਂ ਫਖਰ ਹੋਏਗਾ ਜੀ ਚਨੋੜ ਨੂੰ ਵੀ ਫਖਰ ਹੈ ਬੇਸ਼ੱਕ ਬੇਸ਼ੱਕ ਬਹੁਤ ਪਿਆਰ ਤੇ ਉਹ ਨਸਰ ਬੱਚੇ ਮਾਸ਼ਾਅੱਲਾ ਕਿੰਨੇ हां जी मेरे ते तीन बच्चे ने जी दो बेटे ने एक बेटी है अच्छा तेने बेटਿਆਂ ਚ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ ਕੋਈ ਤੁਹਾਡੀ ਜਗ੍ਹਾ ਤੇ ਖਲੋਏਗਾ हां छोटा ਮੈਂ ਜੈਰੀ ਜਿਹੜਾ ਅਲੀ ਹਜ਼ੈਰ ਅੱਛਾ ਜੀ ਉਹ ਮਤਲਬ ਉਹਦਾ ਹੈ ਕੋਈ ਥੋੜਾ ਉਹਨੂੰ ਦਾ ਇਸ ਸਾਈਡਲ ਧਿਆਨ ਹੈ ਲੇਕਿਨ ਪਹਿਲੇ ਪੜਾਈ ਮੈਂ ਕਹਿੰਦਾ ਲਈ ਪਹਿਲੇ ਜਿਹੜੀ ਨਾ ਅੱਛਾ ਜਿਹੜੀ ਕਮੀ ਸਾਡੇ ਚ ਨਾ ਹੈ ਬੇਟੀ ਹਾਂ ਹਾਂ ਉਹ ਕਰ ਕਰਦਾ ਹੈ ਮਤਲਬ ਉਹਨੂੰ ਹੈ ਕਿ ਉਹ ਕੋ ਕੋ ਦਾ ਆਪਣਾ YouTube ਚੈਨਲ ਜਿਵੇਂ ਸਰਦਾਰ ਕਮਾਲ ਅਫੀਸ਼ਲ ਅੱਛਾ ਜੀ ਚੈਨਲ ਉਹਦਾ ਵੀ ਕਹੇ ਚੈਨਲ ਕੀ ਨਾਮ ਹੈ ਤੇ ਉਹਦਾ ਜੈਰੀ ਹੈ ਪਤਾ ਨਹੀਂ ਉਹਨੇ ਇੰਗਲਿਸ਼ ਚ ਨਾ ਰੱਖਿਆ ਮੈਨੂੰ ਨਹੀਂ ਆਉਂਦੀ ਅੱਛਾ ਤੁਹਾਡਾ ਤਾਂ ਮੈਂ ਸਿੱਧਾ ਕਹਤਾ ਨਾ ਕਿ ਸਰਦਾਰ ਖਵਾਲ ਅਫੀਸ਼ਲ ਚੈਨਲ ਅੱਛਾ ਜੀ ਉਹਨੇ ਕੁਝ ਆਪਣੇ ਹਿਸਾਬ ਨਾਲ ਰੱਖਿਆ ਨਾ ਵੈਰੀ ਗੁੱਡ ਹਾਲੇਕਰ ਉਹਦੇ ਛੇ ਥੋੜਾ ਚੀਜ਼ਾਂ ਕੁਝ ਐਸੀਆਂ ਹੈ ਨੇ ਠੀਕ ਹੈ ਕਿ ਜਿਹੜੀਆਂ ਮੈਂ ਨਜ਼ਰ ਆਉਂਦੀਆਂ ਨੇ ਲੇਕਿਨ ਪਹਿਲੇ ਮੈਂ ਕਹਿਆ ਤਾਲੀਮ ਨਹੀਂ ਪਹਿਲੇ ਤਾਲੀਮ ਹਾਸਲ ਕਰਨੀ ਚਾਹੀਦੀ ਔਰ ਬਾਅਦ ਆਣਾ ਚਾਹੀਦਾ ਆਣਾ ਚਾਹੀਦਾ ਜੀ ਜਿਸ ਬੱਚੇ ਦਾ ਸ਼ੌਕ ਹੋ ਉਹਦਰ ਆਣਾ ਚਾਹੀਦਾ ਸਰਦਾਰ ਸਾਹਿਬ ਇਹ ਸ ਕੀ ਕਰਨਾ ਚਾਹੁੰਦੇ ਬਿਲਕੁਲ ਸਹੀ ਬਜਾਏ ਆਪਣੇ ਸਾਹਮਣੇ ਕਹਿਣਾ ਕਿ ਤੁਸੀਂ ਇਹ ਇਹ ਬਣਾਣਾ ਤੁਹਾਨੂੰ ਇਹ ਬਣਾਉਣਾ ਨਸਰ ਸਾਹਿਬ ਜ਼ਿੰਦਗੀ ਦੇ ਕੋਈ ਐਸਾ ਇੱਕ ਮਜ਼ਾ ਹੀਆ ਵਾਕਿਆ ਜਿਹੜਾ ਤੁਸੀਂ ਜ਼ਿੰਦਗੀ ਨਾ ਭੁੱਲ ਸਕਿਓ ਕੋਈ ਐਸੀ ਦੋਸਤਾਂ ਨੂੰ ਕੋ ਗੱਲ ਸੁਣਾਉਣਾ ਚਾਹੋ ਬਹੁਤ ਸਾਰੇ ਮਜ਼ਾ ਹੀਆ ਵਾਕਿਆ ਨੇ ਸਰਦਾਰ ਸਾਹਿਬ ਸਾਡੀ ਜ਼ਿੰਦਗੀ ਮਜ਼ਾ ਹੀਆ ਪੂਰੀ ਪੂਰੀ ਤੇ ਆ ਹਾ ਬਹੁਤ ਸਾਰੇ ਮਜ਼ਾ ਹੀਆ ਵਾਕਿਆ ਨੇ ਸਟਰਗਲ ਤੇ ਬਹੁਤ ਸਾਰੇ ਵਾਕਿਆ ਨੇ ਐਸੇ ਕੋਈ ਇੱਕ ਵਾਕਿਆ ਸਟਰਗਲ ਦੇ ਵਿੱਚ ਬਹੁਤ ਸਾਰੇ ਇੱਕ ਜਗ੍ਹਾ ਤੇ ਸੀ ਡਰਾਮਾ ਕਰਨ ਗਿਆ ਸੀ ਤੇ ਉਹ ਮੰਚਨਾ ਬਾਤ ਵਾਹ ਮਨਛਨਾਬਾਦ ਮਨਛਨਾਬਾਦ ਤੇ ਇਹ ਕਿੱਥੇ ਗਿਆ ਜੀ ਇਹ ਹੋਣ ਤਾਂ ਮੈਨੂੰ ਨਹੀਂ ਪਤਾ ਕਿ ਕਿਹੜੀ ਜਗ੍ਹਾ ਤੇ ਗਿਆ ਮਨਛਨਾਬਾਦ ਮਲਤਾਨ ਇਸ ਕਿਸ ਇਸ ਇਸ ਪੱਟੀ ਤੇ ਇਸ ਰਾਹੀ ਕੀ ਪੱਟੀ ਸੀ ਹਾਂ ਤੇ ਉੱਥੇ ਕਰਨ ਗਿਆ ਤੇ ਉਸ ਕੁਝ ਕੋਈ ਕੋ ਪਛਾਣ ਤੇ ਆਈ ਨਹੀਂ ਸੀ ਸਾਡੇ ਸਾਡੇ ਵਿੱਚ ਜਿਹੜੇ ਜਿਨ੍ਹਾਂ ਦੀ ਪਛਾਣ ਸੀ ਉਹ ਲੜ ਲਾ ਸਭ ਅੱਲਾ ਜੱਲ ਨਸੀਬ ਕਰੇ ਵਾਹ ਉਹ ਸਟਾਰ ਉਸ ਕੋ ਸਟਾਰ ਸਾਡੇ ਨਾਲ ਸਨ ਸ਼ਗird ਮੋਲੇ ਜਾਂਦਾ ਅੱਛਾ ਸ਼ਗird ਮੋਲੇ ਜਾਂਦਾ ਉਹ ਨਾਲ ਸਨ ਹਾਂ ਤੇ ਉਹ ਹੁਣ ਉੱਥੇ ਜਾ ਕੇ ਨਾ ਕਰਨੀ ਹੁੰਦੀ ਸੀ ਪਬਲਿਸਿਟੀ ਜਿਹੜੀ ਤੁਸੀਂ ਨਾ ਉਹ ਢੋਲ ਤੇ ਪਬਲਿਸਿਟੀ ਹੁੰਦੀ ਸੀ ਤੇ ਜਦੋਂ ਅਸੀਂ ਪਹਿਲਾ ਦਿਨ ਪਹੁੰਚੇ ਆ ਨਾ ਉੱਥੇ ਤੇ ਸਾਡੇ ਨਾਲ ਇੱਕ ਆਰਟਿਸਟ ਸੀ ਤੇ ਉਹਦੀ ਤਬੀਅਤ ਖਰਾਬ ਹੋ ਗਈ ਅੱਛਾ ਹੁਣ ਜਾਣਦਾ ਜੋਂਦਾ ਤੇ ਸਾਨੂੰ ਹੈ ਹੀ ਕੋਈ ਨਹੀਂ ਸੀ ਤੇ ਮੈਂ ਉਹਨੂੰ ਸਾਈਕਲ ਦੇ ਪਿੱਛੇ ਬਿਠਾ ਕੇ ਨਾ ਅੱਛਾ ਤੇ ਮੈਂ ਉਹਨੂੰ ਹਸਪਤਾਲ ਲੈ ਕੇ ਜਾ ਰਿਹਾ ਤੇ ਨਾਲ ਬਾਕੀ ਕਾਸਟ ਵੀ ਤੇ ਉਹ ਜਿਹੜਾ ਅੱਛਾ ਜਿਹੜਾ ਸਾਡਾ ਮਨਦੀਆ ਵਾਲਾ ਸੀ ਜਿਹੜਾ ਸਾਡੇ ਕੁਕਰ ਦਾ ਸੀ ਪਬਲਿਸਿਟੀ ਉਹਨੇ ਕਿਹਾ ਸਾਰੀ ਕਾਸ ਕਿਦਰ ਜਾ ਰਹੀ ਹੈ ਅੱਛਾ ਜੀ ਉਹ ਮੈਂ ਕੁੜੀ ਨੂੰ ਲੈ ਕੇ ਜਾ ਰਿਹਾ ਹਾਂ ਸਾਈਕਲ ਤੇ ਦਾਲ ਫਾਰਕ ਪੂਰੀ ਕਾਰ ਸੇ ਤੇ ਉਹ ਪਿਛੇ ਢੋਲ ਵਜਾਈ ਜਾ ਰਹਾ ਹੈ ਲੋਕਾਂ ਨੂੰ ਨਹੀਂ ਪਤਾਏਗਾ ਕਿ ਕੁੜੀ ਦੇ ਟਾਇਰ ਖਰਾਬ ਹੈ ਉਹ ਸਮਝ ਲੈਣ ਕਿ ਪਬਲਿਸਿਟੀ ਕਰ ਰਹੇ ਨੇ 80000 ਵਾਕਏ ਹੋਣੇ ਹਾਂਜੀ ਬੜੇ ਵਾਕਿਆਤ ਨੇ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਅੱਛਾ ਨਾਸਰ ਸਾਹਿਬ theater ਤੇ ਨਰਗਿਸ ਨੂੰ ਮਿਸ ਕਰਦੇ ਹੋ ਹਾਂਜੀ ਨਰਗਿਸ ਬੇਗਮ ਨੂੰ ਮਿਸ ਕਰਦੇ ਹੋ ਦੇਖੋ ਅੱਛੇ ਫਨਕਾਰ ਨੂੰ ਇਤਨੇ ਅੱਛੇ ਆਰਟਿਸਟ ਸਾਰੇ ਅੱਛੇ ਫਨਕਾਰ ਨੂੰ ਕੌਣ ਮਿਸ ਨਹੀਂ ਕਰਦਾ ਹਮ ਮਤਲਬ ਥੀਏਟਰ ਦੇ ਉੱਤੇ ਜਿਤਨੇ ਜਿਵੇਂ ਨਰਗਸ ਨੂੰ ਮਿਸ ਕਰਦੇ ਆ ਆਪਣਾ دیدار ਨੂੰ ਮਿਸ ਕਰਦੇ ਆ ਹੋਰ ਬਹੁਤ ਸਾਰੀਆਂ ਅਕਟਸ ਹਨ ਜਿੰਨਾਂ ਤੁਸੀਂ ਮਿਸ ਕਰਦੇ ਹੋ ਥੀਏਟਰ ਦੇ ਉੱਤੇ ਜਿਹੜੀਆਂ ਅਚੀਆਂ ਅਕਟਸ ਹਨ ਉਹਨਾਂ ਨੂੰ ਮਤਲਬ ਮਿਸ ਕਰਦਾ ਹੀ ਕੋਕੇ ਉਹਨਾਂ ਦਾ ਕੰਮ ਦੇ ਨਾਲ ਨਾਲ ਬਿਲਕੁਲ ਸਹੀ ਕੋਈ ਚੀਜ਼ ਐਸੀ ਹੈ ਹਸਨ ਕੇ ਜਿਹਨੀਆਂ ਬੰਦਾ ਮਿਸ ਕਰਦਾ ਕਿ ਰੋਲ ਕਰੈਕਟਰ ਕਰਨਾ ਬਾਕੀ ਮੇਰਾ ਕੰ ਦਾ ਮਤਲਬ ਕਿ ਮੌਜੂਦਾ ਜਿਹੜੀਆਂ ਆਰਟਿਸਟਾਂ ਕੰਮ ਕਰ ਰਹੀਆਂ ਨੇ ਤੁਹਾਨੂੰ ਉਹਨਾਂ ਚ ਕੋਈ ਨਰਗਿਸ ਬੇਗੁੰਦੇ ਪਾਇਦੀ ਫਨਕਾਰਾਂ ਨਜ਼ਰ ਆਂਦੀ ਨਹੀਂ ਨਹੀਂ ਬਹੁਤ ਸਾਰੀਆਂ ਫਨਕਾਰਾਂ ਨੇ ਮੈਂ ਮਤਲਬ ਕਿ ਜਿਸ ਤਰ੍ਹਾਂ ਖੁਸ਼ਬੂ ਹੈ ਇੱਕ ਮਿਹਨਤ ਨਾਲ ਕੰਮ ਕਰਨਾ ਲਈ ਠੀਕ ਹੈ ਠੀਕ ਹੈ ਹੋਰ ਬਹੁਤ ਸਾਰੀਆਂ ਐਸੀ ਆਰਟਿਸਟਾਂ ਨੇ ਜਿਹੜੀਆਂ ਮਤਲਬ ਕਿ ਇੱਕ ਆਰਟਿਸਟ ਹੈਗੀ ਨੂਰ ਹਾਂਜੀ ਨੂਰ ਮਹਿਕ ਨੂਰ ਅੱਛਾ ਮਹਿਕ ਨੂਰ ਹਾਂ ਜਿਹੜੇ ਅੱਛੀ ਅੱਛਸਤੇ ਕੀ ਹੋਰ ਵੀ ਬਹੁਤ ਸਾਰੀਆਂ ਅਸੀਂ ਅੱਠ ਸਾਲ ਜਿਹਨਾਂ ਮੈਂ ਜਿਹੜਾ ਆਫਰੀਨ ਭਰੀ ਮਤਲਬ ਹੋਰ ਅਸੀਂ ਹੈ ਨਹੀਂ ਜਿਹੜੀ ਨਜ਼ਰ ਆਉਂਦੀ ਕਿ ਅਗੋਂ ਜਿਸਮ ਮਿਹਨਤ ਕਰਨ ਵਾਲੀਆਂ ਨੇ ਹਾਂ ਮਾ ਨੂਰ ਹੋਰ ਬਹੁਤ ਸਾਰੀਆਂ ਜਿਹੜੀਆਂ ਲੱਗਦਾ ਕਿ ਕੁਝ ਅਸੀਂ ਅੱਠ ਸਾਲ ਜਿਹੜੀਆਂ ਮਿਹਨਤ ਕਰਨਗੇ ਤੇ ਫਨਕਾਰਾਂ ਚ ਤੁਹਾਨੂੰ ਕੋਣ ਅੱਛਾ ਫਨਕਾਰ ਲੱਗਦਾ ਹੈ ਮੌਜੂਦਾ ਟਾਈਮ ਚ ਤੁਸੀਂ ਸਮਝਦੇ ਹੋ ਕਿ ਯਾਰ ਬੜਾ ਤੱਤਾ ਫਨਕਾਰ ਹੈ ਅਸਲ ਵਿੱਚ ਅੱਛਾ ਤੱਤਾ ਫਨਕਾਰ ਜਿਹੜਾ ਮੈਂ ਹੁਣ ਜਿਹੜਾ ਇਸ ਟਾਈਮ ਜਿਹੜਾ ਫਨਕਾਰ ਤੱਤਾ ਹੈ ਨਾ ਤੱਤੇ ਸਾਰੇ ਨਹੀਂ ਤੁਸੀਂ ਵੀ ਕਿਸੇ ਦੌਰ ਜੇ ਐਡੇ ਤੱਤੇ ਸੀ ਤੁਹਾਡੇ ਤੇ ਦੋ ਤਿੰਨ ਪਰਚੇ ਵੀ ਹੋਏ ਨਹੀਂ ਤੁਸੀਂ ਇੰਨੇ ਤੱਤੇ ਸੀ ਰੇ ਤੁਹਾਡੇ ਸਾਹਮਣੇ ਠੰਡੇ ਕੈਸੇ ਐ ਮੇਰੇ ਮਤਲਬ ਕਿ ਲੱਗਦਾ ਹੈਗਾ ਕਿ ਐਸਾ ਬਾਕੀ ਤੱਕ ਮਤਲਬ ਕਿ ਟੀਟਰ ਹੁਣ ਪ੍ਰੋਪਰ ਆਗਮ ਅਜਦ ਨੇ ਸ਼ੁਰੂ ਕੀਤਾ ਹੈਗਾ ਹਾਂਜੀ ਆਗਮ ਅਜਦ ਤੇ ਉਹ ਮੈਨੂੰ ਲੱਗਦਾ ਹੈਗਾ ਕਿ ਮਤਲਬ ਕਿ ਉਹ ਆ ਰਿਹਾ ਉਸ ਪਰ ਜ਼ਫਰੀ ਖਾਨ ਨਹੀਂ ਆਗਾ ਆਗਾ ਸਭ ਤੋਂ ਮਤਲਬ ਮਾਸ਼ਾਅੱਲਾ ਮਲਤਾਨ ਤੋਂ ਹੀ ਸੁਪਰਸਟਾਰ ਸਨ ਲੇਕਿਨ ਫਿਰ ਬੜਾ ਅਰਸਾ ਉਹਨਾਂ ਨੇ ਕੋਈ 10 ਸਾਲ ਮੇਰੇ ਖਿਆਲ ਉਹਨਾਂ ਨੇ ਆਫਤਬ ਇਗਵਾਲ ਸਾਹਿਬ ਨੂੰ ਦਿੱਤੇ ਨੇ ਫਿਰ ਉਹਨਾਂ ਦੀ ਗਰੂਮਿੰਗ ਹੋਈ ਹੈ ਫਿਰ ਉਹ ਉਹਨਾਂ ਦੀ شناخت ਹੋਈ ਹੈ ਆੜੂ ਠੀਕ ਹੈ ਜੀ ਉਹ ਹੈ ਤੇ ਥੀਏਟਰ ਦੇ ਆਲੇ ਸਭ ਵੋਕਲ ਤੇ ਸਾਡੇ ਥੀਏਟਰ ਦਾ ਹੀ ਆ ਬਿਲਕੁਲ ਤੇ ਠੀਕ ਹੈ ਜੀ ਮੈਂ ਸਮਝਦਾ ਤੁਸੀਂ ਜਿਹੜੇ ਲੇਕਨ ਉਸਤਾਦ ਦੀ ਗੱਲ ਮੈਂ ਕਹਿੰਨਾ ਕਿ ਸੁਣ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਨਾ ਸੁਣਨੀ ਚਾਹੀਦੀ ਉਸਤਾਦ ਯਾਰ ਬਿਲਕੁਲ ਸੁਣਨੀ ਜਿਵੇਂ ਤੁਸੀਂ ਸਾਨੂੰ ਸਮਝਾਇਆ ਤੁਹਾਡੀ ਗੱਲ ਸੁਣੀ ਜੀ ਮੈਂ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਾ ਵਿੱਕੀ ਭਾਈ ਦਾ ਅੱਛਾ ਜੀ ਨਸੀਮ ਵਿੱਕੀ ਸਾਹਿਬ ਠੀਕ ਹੈ ਉਹਨਾਂ ਦਾ ਬੜਾ ਹੱਥ ਹੈਗਾ ਇਹ ਜੀ ਕਿ ਕਰੈਕਟਰ ਕਰਾਉਣ ਵਿੱਚ ਕਰੈਕਟਰ ਸਮਝਾਉਣ ਵਿੱਚ ਮੈਨੂੰ ਖਾਸ ਕਰ ਮੈਂ ਇਸ ਜੀ ਨੂੰ ਕਹਿਣਾ ਹੁੰਦਾ ਕਿ ਉਹਨਾਂ ਦਾ ਬੜਾ ਮਤਲਬ ਕਿ ਮੈਨੂੰ ਇਹ ਚੀਜ਼ ਦਾ ਨਾ ਦੱਸਿਆ ਹੈ ਇੱਕ ਚੁੱਜ ਮੈਂ ਇੱਕ ਡਾਇਰੈਕਟਰ ਦੀ ਦੱਸੀ ਚੀਜ਼ ਵੀ ਕਰਕੇ ਵੇਖਣੀ ਚਾਹੀਦੀ ਹੈ ਦੇਖਣੀ ਚਾਹੀਦੀ ਔਰ ਮੈਂ ਵਿਕੀ ਭਾਈ ਤੇ ਜਿਹਨੇ ਡਰਾਮੇ ਕਿਤੇ ਨਾ ਮੈਨੂੰ ਜਿਹੜੀ ਉਹਨਾਂ ਗੱਲ ਦੱਸੀ ਨਾ ਮੈਨੂੰ ਪਤਾ ਸੀ ਕਿ ਇਸ ਗੱਲ ਦੇ ਵਿੱਚ ਕੋਈ ਗੱਲ ਹੈ ਜ਼ਰੂਰ ਠੀਕ ਹੈ ਪਹਿਲੇ ਉਹਨਾਂ ਦਾ ਦੱਸਿਆ ਕੀਤਾ ਹੈ ਬਿਲਕੁਲ ਸਹੀ ਜਿਹੜਾ ਤੁਸੀਂ ਮੈਨੂੰ ਦੱਸਿਆ ਮੈਂ ਪਹਿਲੇ ਤੁਹਾਡਾ ਦੱਸਿਆ ਹੀ ਕੀਤਾ ਹੈ ਤੁਹਾਡਾ ਵੀ ਸਹੀ ਦੱਸਿਆ ਕੀਤਾ ਉਹ ਸੁਬਾ ਕੋਈ ਆਪਣਾ ਵਿੱਚ ਨਿਕਲ ਆਵੇ ਤੇ ਕਰ ਲਓ ਲੇਕਿਨ ਮੈਂ ਕਹਿੰਦਾ ਕਿ ਡਾਇਰੈਕਟਰ 'ਤੇ ਇਤਮਾਦ ਕਰਨਾ ਚਾਹੀਦਾ ਕਿ ਉਹ ਵੀ ਕੁਝ রাইਟਰ ਡਾਇਰੈਕਟਰ ਕੁਝ ਸੋਚ ਕੇ ਆਇਆ ਹੈ ਤੁਹਾਡੇ ਲਈ ਬਿਲਕੁਲ ਸਹੀ ਬਿਲਕੁਲ ਸ ਬਿਲਕੁਲ ਸਹੀ ਹਾਂਜੀ ਤੇ ਅਜ ਤੱਕ ਕਿਸ ਨੂੰ ਮਿਸ ਕਰ ਰਹੇ ਹੋ ਥੀਏਟਰ ਤੇ ਸਾਰਿਆਂ ਨੂੰ ਮਿਸ ਕਰ ਰਹੇ ਆਂ ਜੀ ਮੈਂ ਆਪਣੇ ਸਾਦੇ ਮੁਹਤਰਮ ਅਮਾਨੁਲਲਾ ਖਾਨ ਸਾਹਿਬ ਨੂੰ ਵਾਹ ਹਾਂਜੀ ਤਾਰਕ ਜਵੇਦ ਸਾਹਿਬ ਨੂੰ ਵਾਹ ਜੀ ਮਸਾਨਾ ਸਾਹਿਬ ਬਬੂ ਬਰਾਲ ਸਾਹਿਬ ਆਬਦ ਖਾਨ ਸਾਹਿਬ ਸ਼ੌਕੀ ਖਾਨ ਸਾਹਿਬ ਇੱਕ ਲਾਈਨ ਇੱਕ ਲਿਸਟ ਹੈਗੀ ਜਿਹੜੀ ਜ਼ਿੰਦਗੀ ਦੇ ਵਿੱਚੋਂ ਇਹਨੂੰ ਸਮਝ ਲਓ ਕਿ ਕਿਸ ਨੇ ਜ਼ਿੰਦਗੀ ਕੱਟ ਕੇ ਅਧੂਰੀ ਜੀ ਕਰ ਦਿੱਤੀ ਅੱਲਾ ਉਹਨਾਂ ਨੂੰ ਕਰਰ ਕਰ ਜਨਰਲ ਅਮੀਨ ਸੁਮਾਮੀ ਜਵਾਦ ਵਸੀਮ ਸਾਹਿਬ ਦੇ ਬਾਰੇ ਕੁਝ ਕਹਿਣਾ ਚਾਹੋਗੇ ਕਿ ਉਸਤਾਦ ਜੀ ਅਸਲ ਅੱਛਾ ਮੈਂ ਅਸਲ ਜਿਹੜਾ ਮਤਲਬ ਕਿ ਜਿਨ੍ਹਾਂ ਦਾ ਮੈਂ ਸਹੀ ਯਾਨੀ ਕਿ ਸ਼ਗਿਰਦ ਹੋਇਆ ਹਾਂ ਉਹ ਮੇਰੇ ਉਸਤਾਦ ਜੀ ਮੇਰਾ ਅੱਬਾ ਜੀ ਅੱਛਾ ਜੀ ਜਵਾਦ ਸਾਹਿਬ ਮੈਂ ਫੈਨ ਅਸਲ ਤੇ ਤੁਹਾਨੂੰ ਸਦਾ ਸਭ ਦੱਸਾਂ ਕਿ ਮੈਂ ਫੈਨ ਪਹਿਲਾ ਫੈਨ ਜੇ ਮੈਂ ਜਿੱਦਣ ਮੈਂ ਸੋਚ ਕੇ ਘਰੋਂ ਨਿਕਲਿਆ ਕਿ ਮੈਂ ਜਵਾਦ ਵਸੀਮ ਬਣਨਾ ਬਿਲਕੁਲ ਸਹੀ ਮੈਂ ਉਹ ਗੱਡੀ ਵਾਲਾ ਜੀ ਗੱਡੀ ਵਾਲਾ ਕੀ ਬਕੂਆ ਜਵਾਦ ਵਸੀਮ ਸਾਹਿਬ ਨਾ ਅੱਬਾ ਜੀ ਨਾਲ ਤਾਂ ਮੇਰੇ ਬਹੁਤ ਸਾਰੇ ਵਕੂਵੇ ਨੇ ਅਸੀਂ ਡਰਾਮਾ ਅਸੀਂ ਤਾਂ ਨਹੀਂ ਹੋਰ ਕਹਿ ਸਕਦਾ ਅੱਬਾ ਜੀ ਡਰਾਮਾ ਕਰਦੇ ਸੀ ਮਹਿਫਲ ਦੇ ਵਿੱਚ ਅੱਛਾ ਜੀ ਤੇ ਮਹਿਫਲ ਦੇ ਉਹ ਦੋਸਤ ਬੰਦੇ ਡਰਾਮੇ ਕਰਦੇ ਸਨ ਕਿ ਇਧਰ ਅਲਮਰਾ ਚ ਇੱਕ ਨਹੀਂ ਕਰਦੇ ਸਨ ਤਾਂ ਫਿਰ ਮਹਿਫਲ ਜਾਣਾ ਹੁੰਦਾ ਸੀ ਅੱਛਾ ਜੀ ਤੇ ਅੱਬਾ ਜੀ ਕੋਲ ਮੁxtਲਫ ਕਿਸਮ ਦੀ ਬਹੁਤ ਸਾਰੀਆਂ ਗੱਡੀਆਂ ਸਨ ਤੇ ਉਹ ਜਿਸ ਗੱਡੀ ਤੇ ਅਸੀਂ ਮਹਿਫਲ ਜਾ ਰਹੇ ਹਾਂ ਨਾ ਤੇ ਅਸੀਂ ਇਹ ਡਿਊਟੀ ਫਿਨਿਸ਼ ਅਪ ਵਾਲਾ ਰੋਡ ਜਿਹੜਾ ਗੁਲਸਤਾਨ ਸੈਲਮੀ ਆਲੇ ਨਾ ਉਹ ਨਾਲ ਮੈਨੂੰ ਗੱਲਾਂ ਦੱਸ ਰਹੇ ਨੇ ਦੀਨ ਦੀਆਂ ਤੇ ਤੇ ਹਾਤੇ ਤਸਵੀਰ ਵੜੀ ਤੇ ਗੱਡੀ ਚਲਾ ਰਹੇ ਨੇ ਤੇ ਉਹ ਗੁਲਸਤਾਨ ਵਾਲੇ ਰੋਡ ਤੇ ਗੱਡੀ ਸਾਡੀ ਚੜੀ ਹੈ ਨਾ ਤੇ ਇੱਕਦਮ ਦੇ ਮੇਰੀ ਨਜ਼ਰ ਪਈ ਕਿ ਦੋ ਟਾਇਰ ਜਿਹੜੇ ਨੇ ਉਹ ਗੱਡੀ ਦੇ ਸਾਹਮਣੇ ਨਜ਼ਰ ਆਣ ਜਾਂਦੇ ਕੱਲੇ ਟਾਇਰ ਅੱਛਾ ਜੀ ਤੇ ਉਹਨਾਂ ਨੇ ਮੈਂ ਕਿਹਾ ਕਿ ਇਹ ਕਿਸਕੇ ਟਾਇਰ ਹੈ ਅਗੂ ਗੱਡੀ ਦੇ ਵੀ ਸਾਡੇ ਉਹ ਸਾਡੀ ਗੱਡੀ ਦੇ ਟਾਇਰ ਸਾਡੇ ਅੱਛਾ ਜੀ ਹਾਂ ਜੀ ਚਲਦੀ ਗੱਡੀ ਦੇ ਟਾਇਰ ਨਿਕਲ ਗਏ ਇਕੱਲੇ ਅੱਬਾ ਜੀ ਦੇ ਤੋਂ ਬਹੁਤ ਬਗੂਨੇ ਨਾਦਰ ਸਾਹਿਬ ਅੱਲਾਹ ਤਾਲਾ ਬਿੰਦੁਗਨੀ ਰਾਤ ਚੁਕਰੀ ਤਰੱਕੀ ਦੇਵੇ ਅੱਲਾਹ ਤੁਹਾਨੂੰ ਸਲਾਮਤ ਰੱਖੇ ਔਰ ਇਸੇ ਤਰ੍ਹਾਂ ਸਾਡੇ ਪਾਕਿਸਤਾਨ ਦਾ ਨਾਰੋਸ਼ਨ ਕਰਦੇ ਰਹੋ ਸਾਡੇ ਥੀਏਟਰ ਦਾ ਨਾਰੋਸ਼ਨ ਕਰਦੇ ਰਹੋ ਇਹ ਚੱਲ ਮੇਰਾ ਪੁੱਤ ਇੱਕ ਨਹੀਂ ਅੱਲਾ ਤੁਹਾਨੂੰ ਕਿੰਨੀ ਇਹ ਕਈ ਫਿਲਮਾਂ ਤੁਹਾਨੂੰ ਨਸੀਬ ਕਰੇ ਔਰ achhiyan filman naseeb kare aur isetara ਸਾਡੇ ਦੇਖਣ ਵਾਲੇ ਤੁਹਾਡੇ ਚਾਣ ਵਾਲੇ ਤੁਹਾਨੂੰ ਦੇਖਦੇ ਰਹੇ ਨੇ ਔਰ ਇਸੇ ਤਰ੍ਹਾਂ ਖੁਸ਼ ਕਰਦੇ ਰਹੋ ਸਰਦਾਰ ਸਾਹਿਬ ਸਾਹਿਬ ਤੋਂ ਮੇਨ ਬਾਤ ਹੈ ਕਿ ਕਿ ਇਹਨਾਂ ਲੋਕਾਂ ਦਾ ਪਿਆਰ ਹੈਗਾ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਬੰਦਾ ਤੁਹਾਨੂੰ ਕਿੱਥੇ ਕਿੰਨਾ ਪਿਆਰ ਕਰਦਾ ਹੈ ਤਰਨਾ ਕਿੰਨਾ ਲਵ ਕਰਦਾ ਹੈ ਕੁਝ ਐਸੀਆਂ ਦੁਆਵਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਨਹੀਂ ਪਤਾ ਹੁੰਦੀਆਂ ਪਰ ਤੁਹਾਨੂੰ ਲੱਗ ਰਹੀਆਂ ਹੁੰਦੀਆਂ ਨੇ ਉਹ ਸਾਰੇ ਸਿਰਫ ਆਡੀਅנס ਹੀ ਹੈਗੀ ਲੇਕਿਨ ਤੁਹਾਡੇ ਆਉਣ ਦਾ ਬੜਾ ਸ਼ੁਕਰੀਆ ਸਰਦਾਰ ਸਾਹਿਬ ਤੁਸੀਂ ਵੱਡੇ ਭਰਾ ਵੀ ਹੋ ਤੇ ਤੁਹਾਡੇ ਕੋਲ ਸਿੱਖਿਆ ਵੀ ਬਹੁਤ ਹੈ ਉਸਤਾਦਾਂ ਚ ਵੀ ਸਾਡੇ ਹੋ ਤੁਸੀਂ ਔਰ ਮੈਂ ਸਾਰਿਆਂ ਨੂੰ ਕਹਿਣਾ ਕਿ ਇਹ ਮੇਰੇ ਸਮਝ ਲੋ ਕਿ ਮੇਰਾ ਆਪਣਾ ਚੈਨਲ ਹੈਗਾ ਸਰਦਾਰ ਕੁਮਾਰ ਅਫੀਸ਼ੀਅਲ ਚੈਨਲ ਦੇਖਦੇ ਰਹੋ ਜੀਉਂਦੇ ਰਹੋ ਸਲਾਮਤ ਰਹੋ ਇੱਕ ਦੂਸਰਾ ਖਿਆਲ ਰੱਖੋ ਤੇ ਇਨਸ਼ਾਅੱਲਾ ਤਾਲਾ ਸੈਕਿੰਡ ਟਾਈਮ ਫਿਰ ਇਸ ਚੈਨਲ ਤੇ ਮੁਲਾਕਾਤ ਜ਼ਰੂਰ ਹੋਏਗੀ ਨਵੀਆਂ ਗੱਲਾਂ ਲੈ ਕੇ ਆਵਾਂਗੇ ਕੋਈ ਕਿਸੇ ਹੋਰ ਡਿਸਕਸ ਕਰਾਂਗੇ ਤੁਹਾਨੂੰ ਮੈਨੂੰ ਤੇ ਨਾਸਰ ਚਨੋਟੀ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਅੱਲਾਹ ਅੱਲਾਹ